ਨਾਨ ਸਾਹਿਬ ਛਾਤੇ ਨੂੰ ਜਿਹੜਾ ਮਾਰ ਆਉਂਦਾ। ਮੈਂ ਕਿਹਾ ਯਾਰ ਯੰਗ ਸਟਾਰ ਠੇਕੇਦਾਰ ਨੇ ਕਿਹਾ ਛਾਤੇ ਗੇੜਾ ਮਾਰਿਓ, ਯਾਰ ਹੁਣੇ ਚੜ ਗਿਆ ਜੀ ਪੌੜੀਆਂ ਦੇ ਉੱਤੇ। ਹਾਂਜੀ ਬਿਸਮਿਲਾ ਜੀ, ਅਸਲਾਮ ਅਲੈਕੁਮ ਮਿੱਤਰੋ, ਕੀ ਹਾਲ ਚਾਲ ਆ? ਸੇ ਠੀਕ ਆ, ਸ਼ੁਰੂ ਕਰਦੇ ਆਪਾਂ ਅੱਜ ਦਾ ਮਿੱਠਾ ਵਿਲੋ। ਕਰੋ ਯਾਰ ਹੁਣੇ ਪਹੁੰਚੇ ਛੱਤ ਦੇ ਉੱਤੇ, ਮੈਂ ਦੇਖਿਆ ਮਜ਼ਦੂਰ ਵਿਚਾਰੇ ਗਰਮੀ 'ਚ ਕੰਮ ਕਰਨ। ਮੈਂ ਕਿਹਾ ਮਾਰ ਨਾ ਵੱਲਾ ਇਹਨਾਂ ਦੀ ਹਿੰਮਤ ਆ ਯਾਰ ਇੰਨੀ ਗਰਮੀ ਦੇ ਵਿੱਚ। ਮੈਂ ਉਂਝ ਹੀ ਐਕਟਿੰਗ ਕਰਨ ਲੱਗ ਗਿਆ ਵੀ ਜਿਵੇਂ ਮਾਲਕ ਮਕਾਨ ਉੱਤੇ ਆਇਆ ਹੋਵੇ ਅਤੇ ਆਸੇ ਪਾਸੇ ਨਜ਼ਰ ਮਾਰਦਾ ਯਾਰਾਂ ਦੀ ਐਕਟਿੰਗ। ਮਾਸ਼ਾਅੱਲਾ ਮਿੱਤਰੋ, ਯਾਰਾਂ ਦਾ ਕੰਮ ਬੜੀ ਸਪੀਡ ਦੇ ਨਾਲ ਜਾ ਰਹੀ ਹੋ ਸਾਰੀ ਆ ਯਾਰ, ਕਿਸੇ ਨੇ ਥੱਲੇ ਵਾਲੇ ਲੈਂਟਰ ਦੀ ਮੁਬਾਰਕਬਾਦ ਨਹੀਂ ਦਿੱਤੀ, ਹੁਣੇ ਦੋ ਕਮੈਂਟ। ਮਿੱਤਰੋ ਜੇ ਮੈਂ ਆਪਣੇ ਮੱਖਣ ਵਰਗੇ ਮੱਲੇ 'ਚ ਦੇਖਾਂ, ਮੱਲਾ ਸੁਣ ਮਸਾਣਾ, ਨਿਆਣੇ ਸਾਰੇ ਘਰਾਂ 'ਚ, ਗਰਮੀਆਂ 'ਚ ਬਹੁਤ ਆ, ਮੈਂ ਤੁਹਾਨੂੰ ਦੱਸ ਕੋਈ ਨਹੀਂ ਸਕਦਾ। ਮਿੱਤਰੋ ਮੇਰੇ ਸਾਹਮਣੇ ਚੱਲਦਾ ਹੋਵੇ ਟੂਵਲ ਤੇ ਮੇਰਾ ਦਿਲ ਕਰਦਾ ਟੂਵਲ ਦੇ ਵਿੱਚ ਛਾਲ ਮਾਰ ਕੇ ਬਹਿ ਜਾਵਾਂ ਤੇ ਧੱਕੇ ਨੇ ਮੈਨੂੰ ਅਗਲੇ ਕੱਢਣ। ਬਹੁਤ ਗਰਮੀ ਗਰਮੀ ਇੰਨੀ ਸੀ ਕਿ ਮੈਂ ਨਿਆਣਿਆਂ ਕੋ ਗੋਲਾ ਖਾਣ ਵਾਸਤੇ ਆ ਗਿਆ। ਮਾਸ਼ਾਅੱਲਾ ਜੀ, ਮੇਰੇ ਮੱਲੇ ਦੇ ਨੁੱਕਰ 'ਚ ਗੋਲਿਆਂ ਵਾਲਾ ਫੱਟਾ ਲੱਗਿਆ ਹੋਇਆ। ਮੈਂ ਉਹਨੂੰ ਕਿਹਾ ਭਾ ਗੋਲਾ ਕਿੰਨੇ ਦਾ? ਕਹਿੰਦਾ ਇਮਰਾਨ ਭਾਈ ਤੁਹਾਡੇ ਵਾਸਤੇ ਕਿਹੜੀ ਗੱਲ ਆ, ਤੁਸੀਂ ਖਾ ਲਓ। ਮੈਂ ਕਿਹਾ ਲੈ ਫਿਰ ਮਿੱਠਾ ਜਿਹਾ ਗੋਲਾ ਇੱਕ ਬਣਾ। ਗੋਲਿਆਂ ਦੇ ਨਾਲ ਹੀ ਫਰਨੀਚਰ ਦੀ ਦੁਕਾਨ ਸੀ, ਮੈਂ ਕਿਹਾ ਲੱਗਦੇ ਹੱਥੀ ਕੰਮ ਕਰੀ ਜਾਈਏ। ਜਦੋਂ ਮੈਂ ਕੁਰਸੀਆਂ ਨੂੰ ਨਜ਼ਰ ਮਾਰੀ, ਕਹਿੰਦਾ ਭਾਈ ਇਹਨਾਂ ਦਾ ਹਲੇ ਮੇਕਅਪ ਹੋ ਰਿਹਾ, ਜਦੋਂ ਤਿਆਰ ਹੋਣਗੀਆਂ ਤੁਸੀਂ ਚੱਕ ਕੇ ਲਿਆ ਜਾਓ। ਮੈਂ ਕਿਹਾ ਠੀਕ। ਮਿੱਤਰੋ ਸਬਜ਼ੀ ਵਾਲਾ ਚਾਚਾ ਘਰ ਗਿਆ ਹੋਇਆ ਸੀ ਰੋਟੀ ਖਾਣ ਵਾਸਤੇ, ਉਹਦੀ ਮੈਂ ਕੁਰਸੀ ਤੇ ਬਹਿ ਗਿਆ ਤੇ ਸ਼ੋਆਵਾਂ ਸਾਰੀਆਂ ਸ਼ਕਤੀਆਂ ਆ ਗਈਆਂ ਮੇਰੇ 'ਚ, ਮੇਰਾ ਆਵਾਜ਼ ਲਾਉਣ ਨੂੰ ਦਿਲ ਕੀਤਾ ਤੇ ਲਾਤੀ। ਆਲੂ ਲੈ, ਗੋਭੀ ਲੈ, ਮਟਰ ਲੈ, ਮਿਰਚ ਲੈ, ਟਮਾਟਰ ਲੈ, ਅਦਰਕ ਲੈ, ਪਿਆਜ਼ ਲੈ, ਹਰੀਆਂ ਮਿਰਚਾਂ, ਲਾਲ ਟਮਾਟਰ, ਹਰੀਆਂ ਮਿਰਚਾਂ, ਲਾਲ ਟਮਾਟਰ। ਯਾਰ ਮਿੱਤਰੋ, ਹਰ ਜਗ੍ਹਾ ਨਾਈਸ ਮੁੰਡੇ ਦੀ ਬਿਸਤ ਨਹੀਂ ਹੁੰਦੀ। ਨਾਈਸ ਮੁੰਡੇ ਦੀ ਗੋਲੇ ਵਾਲੀ ਕੋਲੀ ਧੋਣ ਵਾਸਤੇ ਸਪੈਸ਼ਲ ਮੁੰਡਾ ਨਲਕੇ ਤੇ ਗਿਆ, ਕਿਆ ਬਾਤ ਹੈ! ਲੈ ਮਿੱਤਰੋ ਜੀ, ਸਾਡੇ ਵਾਸਤੇ ਹੋ ਰਿਹਾ ਗੋਲਾ ਤਿਆਰ। ਯਾਰਾਂ ਨੇ ਗੋਲਾ ਖਾ ਕੇ ਅੱਜ ਹੋ ਜਾਣਾ ਠੰਡਾ। ਤੁਸੀਂ ਅੱਜ ਯਾਰਾਂ ਨੂੰ ਕਰ ਦਿਓ ਠੰਡਾ ਜਿਹਾ ਕਮੈਂਟ, ਉਹ ਠੰਡਾ ਜਿਹਾ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ, ਕਿਉਂਕਿ ਗਰਮੀ ਬਹੁਤ ਆ, ਮੈਂ ਤੁਹਾਨੂੰ ਦੱਸ ਕੋਈ ਨਹੀਂ ਸਕਦਾ। ਲਾਲ ਰੰਗ ਦਾ ਔਰ ਹਰੇ ਰੰਗ ਦਾ ਦੋ ਰੰਗ ਪਾ ਕੇ ਸਟੈਂਡਰ ਦਾ ਗੋਲਾ ਤਿਆਰ ਕਰਾ ਕੇ ਭਾ ਲਿਆ, ਮੈਨੂੰ ਫੜਾ ਤਾ। ਮੈਂ ਕਿਹਾ ਯਾਰ ਪੁਰਾਣੀਆਂ ਯਾਦਾਂ ਤਾਜ਼ੀਆਂ, ਪਿੰਡਾਂ ਦੇ ਵਿੱਚ ਹਲੇ ਵੀ ਗੋਲੇ ਚੱਲਦੇ ਆ ਤੇ ਕਿਆ ਬਾਤਾਂ! ਮਿੱਤਰੋ ਗੋਲੇ ਦੇ ਵਿੱਚ ਮਿਠਾਸ ਬਹੁਤ ਤੇਜ਼ ਸੀ, ਮੇਰਾ ਤਾਂ ਸਾਰਾ ਮੂੰਹ ਮਿੱਠਾ ਹੋ ਗਿਆ। ਭਾਈ ਪਾਪੜ ਖਾਂਦਾ ਸੀ, ਮੈਂ ਕਿਹਾ ਚਲੋ ਲੱਗਦੇ ਹੱਥੀ ਬੇਸ਼ਰਮ ਹੋ ਗਏ, ਇਹਦੇ ਕੋਲ ਮੰਗ ਲੈਂਦੇ ਆ ਮੇਰੇ ਮੂੰਹ 'ਚ ਆਵੇ ਪਾਣੀ। ਮੈਂ ਕਿਹਾ ਯਾਰ ਖਾਣੇ ਪੀਣ ਦੀ ਚੀਜ਼ 'ਚ ਕਿਹੜੀ ਸ਼ਰਮ ਆ? ਯਾਰਾਂ ਨੇ ਵੀ ਮਿੰਟ ਮਾਰ ਕੇ ਉਹਨੂੰ ਕਿਹਾ ਭਾ ਇੱਧਰ ਨੂੰ ਹੋ, ਜਿਹੜਾ ਪਾਪੜ ਚੈੱਕ ਕਰਾ। ਕਹਿੰਦਾ ਹੈਲੋ ਇਮਰਾਨ ਭਾਈ, ਵਾਹ ਮੌਲਾ ਤੇਰੇ ਰੰਗ। ਇਸ ਤੋਂ ਬਾਅਦ ਮੈਂ ਆਇਆ ਮੱਲੇ 'ਚ, ਦੇਖਿਆ ਯੰਗ ਸਟਾਰ ਮੁੰਡੇ ਬੂਟਿਆਂ ਨੂੰ ਪਾਣੀ ਪਾਣ। ਮੈਂ ਕਿਹਾ ਕਿਆ ਬਾਤ! ਮਾਸ਼ਾਅੱਲਾ ਮਿੱਤਰੋ, ਜ਼ੁਰਫਕਾਰ ਭਾਈ ਆ ਜੀ, ਉੱਥੋਂ ਭਰ ਭਰ ਕੇ ਪਾਣੀ ਬੂਟਿਆਂ ਨੂੰ ਪਾ ਰਿਹਾ, ਕਿਆ ਬਾਤ ਆ! ਮਾਰਨਾ ਜ਼ੁਰਫਕਾਰ ਦੀ ਬੜੀ ਮਿਹਰਬਾਨੀ ਜੀ, ਪਾਣੀ ਪਾ ਰਿਹਾ ਹੈ। ਮਿੱਤਰੋ ਜਦੋਂ 1:30 ਵਜੇ ਬਿਜਲੀ ਜਾਂਦੀ ਹੈ, ਸਾਰੇ ਮੱਲੇਦਾਰ ਆ ਦਰਖਤਾਂ ਦੇ ਥੱਲੇ ਆ ਜਾਂਦੇ ਆ। ਕਾਦਰ ਸਾਹਿਬ ਮਾਸ਼ਾਅੱਲਾ ਸੁੱਤੇ ਪਏ, ਉੱਠ ਕੇ ਆਏ ਆ ਜੀ। ਐ ਮਿੱਤਰੋ, ਜਿਸ ਤਰ੍ਹਾਂ ਹੀ ਨਾਈਸ ਮੁੰਡਾ ਘਰੋਂ ਬਾਹਰ ਨਿਕਲਿਆ, ਆਪਣੇ ਯਾਰ ਸੁਲਤਾਨ ਦੇ ਥੱਲੇ ਜੀ ਸਾਰੇ ਮੱਲੇਦਾਰ ਇਕੱਠੇ ਹੋ ਗਏ ਆ। ਤੁਹਾਨੂੰ ਪਤਾ ਨਾਈਸ ਮੁੰਡੇ ਨਾਲ ਸਾਰਿਆਂ ਦੀਆਂ ਬਾਹਰ। ਟਾਈਮ ਹੋ ਗਿਆ ਜੀ 5:47, ਆਕਬ ਸਾਹਿਬ ਮੋਬਾਈਲ 'ਚ ਐਸੇ ਖੂਬੇ ਆ ਉਹਨੂੰ ਕੋਈ ਨਹੀਂ ਪਤਾ, ਔਰ ਮੇਰੀ ਵੀਡੀਓ ਦੇਖ ਰਿਹਾ, ਮੈਨੂੰ ਆਵਾਜ਼ ਆ ਰਹੀ। ਮੁੰਡੇ ਪੜਨ ਚੱਲੇ ਸੀ, ਇਹਨਾਂ ਦੇ ਹੱਥ 'ਤੇ ਸੀ ਪਾਪੜ। ਮੈਂ ਕਿਹਾ ਹਮਲਾ ਕਰ ਦਈਏ ਯਾਰ ਪਾਪੜਾਂ 'ਤੇ, ਯਾਰਾਂ ਨੇ ਤੋਂ ਮੰਗੇ ਪਾਪੜ। ਕਹਿੰਦਾ ਮੈਂ ਨਹੀਂ ਦੇਣੇ। ਮੈਂ ਕਿਹਾ ਚਲੋ ਠੀਕ ਆ, ਪਹਿਲੇ ਕਿਉਂ ਨਹੀਂ ਦਿੰਦੇ ਸੀ, ਹੁਣ ਨਹੀਂ ਮੈਂ ਦੇਣੇ, ਜਾਓ ਨਾ ਠੂ ਚਲੋ। ਯਾਰ ਮਿੱਤਰੋ ਮੈਂ ਕੀ ਕਰਾਂ, ਮੈਨੂੰ ਪਾਪੜ ਸਵਾਦ ਹੀ ਬਹੁਤ ਲੱਗਦਾ, ਨਾਲੇ ਫ੍ਰੀ ਦੇ ਤਾਂ ਮੈਂ ਕਹਿੰਦਾ ਇੱਕ ਜ਼ਾਇਕਾ ਹੀ ਲੈਦਾ ਹੁੰਦਾ ਵਾ। ਤੁਹਾਨੂੰ ਪਤਾ ਮਿੱਤਰੋ, ਮਾਸ਼ਾਅੱਲਾ ਜੀ 5-7 ਦਿਨ ਬਾਅਦ ਬਕਰਾ ਈਦ ਆ ਰਹੀ ਹੈ ਤੇ ਲੋਕ ਆਪਣੇ ਬੱਕਰਿਆਂ ਦੀ ਜੀ ਖੂਬ ਸੇਵਾ ਕਰ ਰਹੇ ਆ ਜੀ ਪਿੰਡਾਂ ਦੇ ਵਿੱਚ। ਸੁਬਹ ਨਾਸ਼ਤੇ 'ਚ ਚਾਹ ਪਿੰਡ ਵਾਲੇ ਨਾ ਪੀਣ, ਲੇਕਿਨ 4 ਵਜੇ ਚਾਹ ਜ਼ਰੂਰ ਪੀਂਦੇ ਆ। ਪਹੁੰਚਿਆ ਜੀ ਯਾਰ ਹੁਣੇ ਆਪਣੇ ਮੇਨ ਬਾਜ਼ਾਰ 'ਚ, ਮੇਨ ਬਾਜ਼ਾਰ ਮਾਸ਼ਾਅੱਲਾ ਸੱਜਿਆ ਦੱਜਿਆ ਪਿਆ ਜੀ। ਮਿੱਤਰੋ ਗਰਮੀ ਤੁੰਨ ਕੇ ਸੀ ਬਾਬਿਆਂ ਦੇ ਠੀਏ ਤੇ ਮੈਂ ਆਇਆ, ਉੱਥੇ ਜੱਗ ਚੱਲੇ, ਮੈਂ ਹਿਸਾਬ ਲਾਇਆ, ਮੈਂ ਕਿਹਾ ਮੈਨੂੰ ਸ਼ੱਕ ਪੈਂਦੀ ਦੁੱਧ ਸੋਡਾ। ਜਦ ਮੈਂ ਅੱਗੇ ਜਾ ਕੇ ਦੇਖਿਆ ਤੇ ਸਾਦਾ ਪਾਣੀ, ਮੈਂ ਕਿਹਾ ਜਾ ਤੇਰਾ ਬੇੜਾ ਤਰਜਵੇ, ਮੈਂ ਤਾਂ ਹਿਸਾਬ ਲਾਇਆ ਸੀ ਦੁੱਧ ਸੋਡਾ, ਮੈਂ ਨਹੀਂ ਪੀਣਾ। ਮਿੱਤਰੋ ਉੱਥੇ ਇੱਕ ਨੰਨੀ ਜੀ ਪਰੀ ਪਾਪੜ ਖਾਵੇ, ਪਹਿਲੇ ਤਾਂ ਮੇਰਾ ਦਿਲ ਨਾ ਮੰਨਿਆ, ਮੈਂ ਕਿਹਾ ਚੱਲ ਇੱਕ ਲਈ ਲੈਂਦਾ ਯਾਰ, ਹੁਣ ਕੀ ਕਰੀਏ, ਨਾਈਸ ਮੁੰਡੇ ਅੱਗੇ ਪਾਪੜ ਨਹੀਂ ਬਚ ਸਕਦੇ। ਯਾਰਾਂ ਨੇ ਪਾਪੜ ਲਿਆ ਤੇ ਪਾਇਆ ਮੂੰਹ 'ਚ, ਮੈਂ ਕਹਿੰਦਾ ਸਵਾਦ ਸਾਰੀ ਆ ਗਿਆ, ਕਿਆ ਬਾਤਾਂ ਜੀ ਪਿੰਡ ਵਾਲੇ। ਮਾਸ਼ਾਅੱਲਾ ਜੀ ਕੁਰਬਾਨੀ ਵਾਲੀ ਈਦ ਆ ਰਹੀ ਹੈ ਔਰ ਪਿੰਡ ਦੇ ਵਿੱਚ ਲੱਗ ਜਾਂਦੀਆਂ ਜੀ ਮੰਡੀਆਂ, ਕਿਆ ਬਾਤਾਂ! ਹਾਲੇ ਤਾਂ ਸ਼ੁਰੂ 'ਚ ਐਂਡ 'ਚ ਮਾਸ਼ਾਅੱਲਾ ਬਹੁਤ ਰਸ਼ ਹੋ ਜਾਂਦਾ ਜੀ ਪਿੰਡ ਦੇ ਵਿੱਚ, ਕਿਆ ਬਾਤਾਂ ਜੀ! ਚਾਚਾ ਤੋਤੀ ਆਪਣੇ ਖੂਬਸੂਰਤ ਬੱਕਰੇ ਲੈ ਕੇ ਪਿੰਡ ਪਹੁੰਚ ਗਿਆ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਪਿੰਡ ਦੇ ਮੇਨ ਬਾਜ਼ਾਰ 'ਚ ਮਿੱਤਰੋ ਮੰਡੀ ਲੱਗ ਗਈ ਹੈ ਜੀ, ਬੱਕਰੇ ਸਾਰੇ ਆ ਗਏ ਆ, ਰੇਟ ਵੀ ਬਿਲਕੁਲ ਜਾਇਜ਼ ਆ। ਜਿਹਦਾ ਮੇਰੇ ਇਲਾਕੇ 'ਚ ਵੀਡੀਓ ਦੇਖਦੇ ਆ ਤੇ ਪਿੰਡ ਪਹੁੰਚੋ, ਫੁੱਲ ਪਿਆਰ ਮੁਹੱਬਤ ਹੋਏਗੀ। ਯਾਰਾਂ ਨੇ ਮਿੱਤਰੋ ਚਾਚੇ ਤੋਤੀ ਕੋ ਬਹਿ ਕੇ ਸਾਰੇ ਬੱਕਰਿਆਂ ਬਾਰੇ ਇਨਫੋਰਮੇਸ਼ਨ ਲਈ। ਉਸ ਤੋਂ ਬਾਅਦ ਮੈਂ ਪਹੁੰਚਿਆ ਹਨਾਨ ਭਾਈ ਦੀ ਦੁਕਾਨ ਤੇ। ਮੈਂ ਕਿਹਾ ਜਿਹੜਾ ਕੂਲਰ ਦੀ ਠੰਡੀ ਠੰਡੀ ਹਵਾ ਲਿਆਈਏ। ਮਾਸ਼ਾਅੱਲਾ ਹਨਾਨ ਸਾਹਿਬ ਨੇ ਜੀ ਦੁਕਾਨ 'ਚ ਕੂਲਰ ਲਾਇਆ ਹੋਇਆ, ਬੜੀ ਉਹਦੀ ਠੰਡੀ ਹਵਾ ਅਸੀਂ ਆਪ ਵੀ ਲੈਂਦੇ ਹਾਂ ਤੇ ਲੋਕ ਵੀ ਇੱਥੇ ਆ ਕੇ ਲੈਂਦੇ ਆ। ਮੈਂ ਕੂਲਰ ਅੱਗੇ ਬਹਿ ਗਿਆ, ਮੈਂ ਕਿਹਾ ਠੰਡੀ ਠੰਡੀ ਹਵਾ ਜਰਾ ਮੇਰੇ ਮੂੰਹ ਤੇ ਪਵੇ ਤੇ ਗਰਮੀ ਸਾਰੀ ਦੂਰ ਹੋਵੇ। ਲੈ ਮਿੱਤਰੋ ਮੈਂ ਹੀ ਨਹੀਂ ਇੱਥੇ, ਮਾਸ਼ਾਅੱਲਾ ਬਾਬਾ ਜਿਹੜਾ ਵੀ ਡੇਰੋ ਆਉਂਦੇ ਆ ਕੂਲਰ ਦੇ ਅੱਗੇ ਆ ਕੇ ਖਲੋਂਦੇ ਆ। ਬਾਬਾ ਵਕੀਲ ਆਇਆ ਜੀ, ਆ ਕੇ ਕੂਲਰ ਦੇ ਅੱਗੇ ਖਲੋ ਗਿਆ। ਨੀਵਾਂ ਜਿਹਾ ਹੋਵੇ ਵੀ ਮੇਰੇ ਮੂੰਹ ਤੇ ਵੀ
ਬਿਲਾ ਤਖੀਰ ਸਾਡੀ ਖਿਦਮਤ ਚ ਹੋਈ ਜੀ ਹਾਜ਼ਰ ਆਈਸਕ੍ਰੀਮ। ਮੈਂ ਕਿਹਾ ਕਿਆ ਬਾਤ, ਖਾਓ। ਮਿੱਤਰੋ ਦੁਨੀਆ ਦੇ ਕਿਹੜੇ ਕੋਨੇ ਚ ਬਹਿ ਕੇ ਤੁਸੀਂ ਵੀਡੀਓ ਦੇਖਦੇ ਹੋ ਔਰ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗਦੀ ਹੈ ਜੀ ਕਮੈਂਟ ਚ ਜ਼ਰੂਰ ਦੱਸਿਓ, ਔਰ ਦੱਸਿਓ ਮੇਰਾ ਮੇਨ ਬਜ਼ਾਰ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ। ਮੇਨ ਗੱਲ ਅੱਗੇ ਪਹੁੰਚਿਆ ਯਾਰ, ਹੁਣੇ ਆਪਣੇ ਖੂਬਸੂਰਤ ਔਰ ਮੱਖਣ ਵਰਗੇ ਮਹੱਲੇ ਦੇ ਵਿੱਚ ਤੇ ਨਿਆਣੇ ਖੇਡ ਰਹੇ ਆ ਜੀ ਫੁੱਲ ਪਿਆਰ ਮਧੁਰ ਮਸਤੀ ਨਾਲ। ਬਾਲ ਖਿਲਾਓ ਮੈਨੂੰ ਇੱਕ ਬਾਲ, ਕੋਈ ਖਿਡਾਉਣੀ ਮੈਂ ਚੋਰੀ। ਓਏ ਮੇਰੇ ਗੇਂਦ ਵੱਜ ਗਈ ਨਾ, ਦੇਖ ਕਸਮੇ ਮੇਰੇ ਗੇਂਦ ਵੱਜ ਗਈ ਨਾ, ਮੈਂ ਗੇਂਦ ਕੋਈ ਨਹੀਂ। ਇੱਕ ਬਾਲ ਖਿਡਾਓ, ਖੇਡੋ। ਲੈ ਸੱਜਣ ਤੋਂ ਮਿੱਤਰੋ, ਅੱਜ ਵਾਸਤੇ ਇੰਨਾ ਹੀ। ਆਪਣਾ ਖਿਆਲ ਰੱਖਿਓ, ਨਮਾਜ਼ ਕਾਇਮ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਪਾਕਿਸਤਾਨ ਜ਼ਿੰਦਾਬਾਦ।